इन्हां एजेंसीज ने यह तय कर लिया कि अकाल तख्त साहब के मलाल नूं खत्म करना है, अकाल तख्त साहब की रैपूटेशन नूं खत्म करना है। तो उहदे लई जिहड़ियां साडियां जिहड़ियां कुछ सिख विरोधी एजेंसीज ने वो इस तरह के हथकंडे जिहड़ियां अपनाउंदियां हैगियां कि अकाल तख्त साहब के मलाल नूं जिहड़ा हैगा वह घट किया जा सके, अकाल तख्त साहब की मर्यादा नूं खत्म किया जा सके। सिख मनां दे अंदर जां जिहड़े गैर सिख लोग भी जिहड़े अकाल तख्त साहब का सत्कार करते हैं उन्हां मनां दे विच अकाल तख्त साहब का सत्कार मान जिहड़ा ध्वस्त किया जाए, खत्म किया जाए, उहदे लई इस तरह दीआं जिहड़ियां गल्लां बातां होंदियां रहिंदियां। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣਾ, ਪ੍ਰਧਾਨ ਨੂੰ ਮਿਲਣਾ, ਉਹਨਾਂ ਨੂੰ ਮਿਲਣ, ਮਿਲ ਕੇ ਗੱਲ ਕਰਨ ਉਹਨਾਂ ਨਾਲ। ਨਹੀਂ ਨਹੀਂ ਮੈਂ ਅਸੀਂ ਨਹੀਂ ਮਿਲਣਾ, ਨਾ ਹੀ ਮੈਨੂੰ ਪਤਾ ਹੈਗਾ ਕੌਣ ਹੈ ਕੌਣ ਨਹੀਂ ਹੈ, ਨਾ ਹੀ ਮੇਰੇ ਨਾਲ ਕਿਸੇ ਨੇ ਸੰਪਰਕ ਕੀਤਾ ਹੈਗਾ। ਜੇ ਸੰਪਰਕ ਕਰਦੇ ਤਾਂ ਮਿਲ ਵੀ ਸਕਦੇ ਸੀ, ਨਾ ਕਿਸੇ ਨੇ ਸੰਪਰਕ ਕੀਤਾ, ਕਿਉਂਕਿ ਇਹਨਾਂ ਦਾ ਮਕਸਦ ਮਿਲਣਾ ਜਾਂ ਮਿਲ ਕੇ ਮਸਲੇ ਦਾ ਹੱਲ ਕਰਨਾ ਨਹੀਂ ਹੈ। ਇਹਨਾਂ ਦਾ ਮਕਸਦ ਤਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਸਿੱਖ ਸੰਗਤਾਂ ਜਾਂ ਗੈਰ ਸਿੱਖਾਂ ਦੇ ਮਨਾਂ ਦੇ ਵਿੱਚ ਵਸੀ ਹੈ ਉਹਨੂੰ ਖਤਮ ਕਰਨਾ, ਕਿਉਂਕਿ ਜੇ ਮਸਲਾ ਹੋਵੇ ਤਾਂ ਮਸਲਾ ਮਿਲ ਕੇ ਵੀ ਹੱਲ ਕੀਤਾ ਜਾ ਸਕਦਾ, ਟਾਈਮ ਲੈ ਕੇ ਹੱਲ ਕੀਤਾ ਜਾ ਸਕਦਾ, ਬਹਿ ਕੇ ਹੱਲ ਕੀਤਾ ਜਾ ਸਕਦਾ। ਮੇਰੇ ਕੋਲ ਦਮਦਮਾ ਸਾਹਿਬ ਆ ਜਾਣ, ਸ਼੍ਰੀ ਅੰਮ੍ਰਿਤਸਰ ਸਾਹਿਬ ਟਾਈਮ ਲੈ ਕੇ ਆ ਜਾਣ, ਘੰਟਾ ਬਹਿ ਜਾਣ, ਦੋ ਘੰਟੇ ਬਹਿ ਜਾਣ, ਬੈਠ ਕੇ ਗੱਲ ਕਰਨ, ਆਪਣੀਆਂ ਗੱਲਾਂ ਦੱਸਣ, ਮੰਗਾਂ ਦੱਸਣ ਵੀ ਅਸੀਂ ਕੀ ਚਾਹੁੰਦੇ ਹੈਗੇ ਹਾਂ, ਕੀ ਹੋਣਾ ਚਾਹੀਦਾ ਹੈਗਾ। ਪਰ ਹੋ ਸਕਦਾ ਹਲੇ ਇਹ ਤਾਂ ਮੈਂ ਦੱਸਾਂ, ਵਿਰੋਧ ਕਰਨਾ ਜਿਹੜਾ ਹੈਗਾ ਇਹਦਾ ਮਕਸਦ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣਾ,